राज्यपाल साहब हरियाणा दे सब वड्डा इतिहास रचा जा रहा हजे ट्रेलर है फिल्म पूरी है की कहने हो देखो जी सरकार नु समझना चाहिए लोगों दी भावनावां और दुनिया का सब तो वड्डा पीसफुल अंदोलन सब तो वध पार्टिसिपेशन वाला जे एहो जे अंदोलन नु सरकार जन अंदोलन करके नहीं लेगी तो मैं समझदा इस देश की बदकिस्मती होएगी। एदा मतलब यह है भी सरकार सिर्फ वायलेंट मूवमेंट की भाषा समझती है पीसफुल मूवमेंट से नहीं हरजीत गरेवाल वर्गे बंदियां ते मेरे कोल कमेंट ना लो जिन्हां दा कोई आधार नहीं और ओ सवाए स्थिति बिगाड़न तो उन्हां दी कदे कोई स्टेटमेंट सिद्धी हुंदी नहीं इस करके ओहदे ते कुछ मैं कहना नहीं चार दिन दा समां मंगिया सी कल दी बैठक तूं किवें देखदे हो क्योंकि प्रधानमंत्री नाल बैठक होई है ते अमित शाह ने कल खुद बैठक कीती है कल देखांगे सरकार कितना लैंदी है इस सारे घटनाक्रम तो दबाव बने लगदा पूरा दबाव तो पहले दिन तो बनिया से जे सरकार ना दी चीज होवे ता जेड़ा साडा डेमोक्रेटिक सिस्टम नाल अंदोलन करन दा हक है इन्ना ਇਹਦੋਂ ਵਧੀਆ ਮਿਸਾਲ ਕਿਤੇ ਦੁਨੀਆ 'ਚ ਮਿਲਦੀ ਨਹੀਂ ਅਫਸੋਸ ਇਹ ਆ ਵੀ ਸਰਕਾਰ ਦਾ ਪਾਰਟ ਜਿਹੜਾ ਪਾਰਟ ਸੀ ਉਹ ਬਿਲਕੁਲ ਇਹਦੇ ਨੈਗੇਟਿਵ ਰਿਹਾ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਲੋਕ ਵਿਰੋਧੀ ਸਟੈਂਡ ਲਿਆ ਸੋ ਹੁਣ ਦੇਖਣਾ ਹੈ ਕਿ ਕੱਲ੍ਹ ਦੀ ਇਸ ਜੋ ਮੀਟਿੰਗ ਹੋਣੀ ਹੈ ਜੋ ਚਾਰ ਦਿਨ ਦਾ ਸਮਾਂ ਸਰਕਾਰ ਨੇ ਲਿਆ ਸੀ ਉਸ 'ਤੇ ਕੀ ਅਸਰ ਹੋਵੇਗਾ ਵੀਰਾ ਤੁਹਾਨੂੰ ਦਿਖਾ ਰਹੇ ਹਾਂ ਕਿਸਾਨ ਆਗੂ ਨਾਲ ਗੱਲਬਾਤ ਵੀ ਕਰਾਂਗੇ ਪਹਿਲਾਂ ਆਕਾਸ਼ ਜਾਨਣ ਨਾਲ ਜਾਵਾਂਗੇ ਜੀ ਕਿੰਨੇ ਟਰੈਕਟਰ ਨੇ ਕਿੰਨੇ ਕਿਸਾਨ ਨੇ ਕੋਈ ਗਿਣਤੀ ਇਹ ਕੋਈ ਗਿਣਤੀ ਨਹੀਂ ਗੀ ਅੱਜ 26 ਜਨਵਰੀ ਦਾ ਟ੍ਰੇਲਰ ਆ ਮੋਦੀ ਸਰਕਾਰ ਕੰਧ ਤੇ ਲਿਖਿਆ ਪੜ ਲੈ ਕਿ ਉਹਦੀ ਹਾਰ ਤੈਅ ਆ ਲੋਕਾਂ ਦੀ ਜਿੱਤ ਤੈਅ ਆ ਜਿੰਨੀ ਛੇਤੀ ਲੋਕਾਂ ਅੱਗੇ ਝੁਕ ਜਾਣ ਉਹਨਾਂ ਬਿਹਤਰ ਰਹੂਗਾ ਮੋਦੀ ਸਰਕਾਰ ਜਿਹੜੀ ਇਹ ਕਹਿੰਦੀ ਆ ਕਿ ਦੇਸ਼ ਦੇ ਲੋਕ ਇਹਨਾਂ ਕਾਨੂੰਨਾਂ ਦੇ ਪੱਖ 'ਚ ਆ ਉਹਨਾਂ ਨੇ ਇਹ ਕਾਨੂੰਨਾਂ ਦੇ ਆਧਾਰ ਤੇ ਚੋਣ ਨਹੀਂ ਲੜੀ ਅਸੀਂ ਮੋਦੀ ਸਰਕਾਰ ਨੂੰ ਚੁਣੌਤੀ ਦਿੰਦੇ ਆ ਕਿ ਅਸਤੀਫਾ ਦੇਵੇ ਔਰ ਤਿੰਨਾਂ ਕਾਨੂੰਨਾਂ ਨੂੰ ਚੋਣ ਮੁੱਦਾ ਬਣਾ ਕੇ ਚੋਣ ਲੜੇ ਨਰਿੰਦਰ ਮੋਦੀ ਦੀ ਖੁਦ ਜ਼ਮਾਨਤ ਜ਼ਬਤ ਹੋਊਗੀ ਪੂਰਾ ਦੇਸ਼ ਇਹਨਾਂ ਕਾਨੂੰਨਾਂ ਦੇ ਖਿਲਾਫ ਆ ਵੱਡਾ ਐਲਾਨ ਹੈ ਕਿ ਪ੍ਰਧਾਨ ਮੰਤਰੀ ਦੀ ਖੁਦ ਜ਼ਮਾਨਤ ਜ਼ਬਤ ਹੁੰਦੀ ਹੈ ਲਖਵਾਲ ਸਾਹਿਬ ਕਿਵੇਂ ਦੇਖੀਏ ਇੱਕ ਬਿਆਨ ਆ ਗਿਆ ਇੱਕ ਵੀ ਟਰੈਕਟਰ ਟਰਾਲੀ ਦਿੱਲੀ 'ਚ ਐਂਟਰ ਨਹੀਂ ਹੋਣ ਦੇਵਾਂਗੇ ਜੇ ਹੋਊਗਾ ਤਾਂ ਕੰਮ ਹਿੰਸਕ ਹੋ ਜਾਊਗਾ ਅੱਜ ਨਹੀਂ ਅਸੀਂ ਐਂਟਰ ਕਰਾਂਗੇ ਅੱਜ ਰਿਹਰਸਲ ਆ ਸਾਡੀ ਅੱਜ ਦੇਖੋ ਤੁਸੀਂ ਕਿਵੇਂ ਹਜ਼ਾਰਾਂ ਟਰੈਕਟਰ ਤੁਰ ਰਿਹਾ ਤੇ ਹਜ਼ਾਰਾਂ ਪੰਜਾਬ 'ਚੋਂ ਆ ਰਿਹਾ ਲੱਖਾਂ ਟਰੈਕਟਰ 26 ਜਨਵਰੀ ਨੂੰ ਐਂਟਰ ਕਰੂਗਾ ਕਿਸੇ ਦੁਨੀਆ ਦੀ ਤਾਕਤ ਨਹੀਂ ਸਾਨੂੰ ਰੋਕ ਲਵੇ ਰੋਕਣ ਦੀ ਕੋਸ਼ਿਸ਼ ਕੀਤੀ ਜਾਊਗੀ ਬਿਆਨ ਆਉਣੇ ਸ਼ੁਰੂ ਹੋ ਚੁੱਕੇ ਨੇ ਗੱਲ ਨਹੀਂ ਡਰਦੇ ਰੋਕਣ ਦੀ ਕੋਸ਼ਿਸ਼ ਪੰਜਾਬ 'ਚ ਵੀ ਕੀਤੀ ਗਈ ਸੀ ਹਰਿਆਣਾ 'ਚ ਵੀ ਕੀਤੀ ਗਈ ਸੀ ਅਸੀਂ ਕਿਸੇ ਤੋਂ ਨਹੀਂ ਡਰਦੇ ਹੈਗੇ ਨਹੀਂ ਤਾਂ ਸਾਡੀਆਂ ਕੱਲ੍ਹ ਨੂੰ ਮੰਗਾਂ ਮੰਨ ਲਵੇ ਨਹੀਂ ਅਸੀਂ ਫੜਾਂਗੇ ਦਿੱਲੀ ਸ਼ਹਿਰ ਕੀ ਨਤੀਜਾ ਕੱਢ ਗਏ ਜੇ ਇਦੂ ਬਾਅਦ ਪਰੇਡ ਦੇਖ ਲਈ ਤਸਵੀਰਾਂ ਦੇਖ ਲਈਆਂ ਰਸਲ ਦੇਖ ਲਈ ਤੇ ਕੱਲ੍ਹ ਦੀ ਮੀਟਿੰਗ ਦਾ ਨਤੀਜਾ ਕੀ ਹੋਣਾ ਚਾਹੀਦਾ ਕੱਲ੍ਹ ਨੂੰ ਇਹਨਾਂ ਨੂੰ ਵਾਪਸ ਲੈ ਲੈਣੇ ਚਾਹੀਦੇ ਕਾਨੂੰਨ ਕਿਉਂਕਿ ਇੰਨੀ ਬਦਨਾਮੀ ਹੋ ਰਹੀ ਆ ਪ੍ਰਧਾਨ ਮੰਤਰੀ ਵੀ ਜਵਾਬ ਦੇ ਗਿਆ ਸਾਰੇ ਲੋਕ ਖਿਲਾਫ ਹੋ ਗਏ ਨੇ ਨਹੀਂ ਤਾਂ ਨਤੀਜਾ ਤੁਹਾਡੇ ਸਾਹਮਣੇ ਆ ਅੱਜ ਤੁਸੀਂ ਰੋਹ ਦੇਖ ਲਓ ਨੌਜਵਾਨਾਂ ਦਾ ਰੋਹ ਦੇਖ ਲਓ ਸਾਰੇ ਸਾਰਾ ਰੋਹ ਦੇਖ ਲਓ